ਅਸਲਾਮ ਅਲੈਕਮ ਵਿਊਵਰਸ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਉਮੀਦ ਕਰਨਾ ਕਿ ਤੁਸੀਂ ਲੋਕ ਠੀਕ ਹੋਵੋਗੇ। ਅੱਜ ਤੁਹਾਨੂੰ ਆਪਣੇ ਡੇਰੇ ਦੀਆਂ ਪਿਓਰ ਨੀਲੀ ਰਾਵੀ ਦੀਆਂ ਦੋ ਮੱਝਾਂ 18-18 ਕਿਲੋ ਦੁੱਧ ਦੇਣ ਵਾਲੀਆਂ ਔਰ ਸੋਹਣੀਆਂ ਪਿਓਰ ਖਾਲਸ ਮੱਝਾਂ ਨੇ, ਉਹਨਾਂ ਦੀ ਤੁਹਾਨੂੰ ਵੀਡੀਓ ਅੱਜ ਦਿਖਾ ਰਹੇ ਹਾਂ। ਬੜੀ ਦੇਰ ਬਾਅਦ ਅੱਜ ਡੇਰੇ ਆਏ ਹਾਂ। ਮੱਝਾਂ ਦੇ ਸਿੰਘ ਦੇਖੋ ਮਾਸ਼ਾਅੱਲਾ ਕਿੱਡੇ ਖੂਬਸੂਰਤ ਨੇ, ਪੱਠੇ ਖਾ ਰਹੀਆਂ ਨੇ। ਉਹਨਾਂ ਦੀ ਚੁਆਈ ਦਾ ਟਾਈਮ ਹੋ ਗਿਆ ਹੁਣੇ, ਥੋੜ੍ਹੀ ਦੇਰ ਤੱਕ ਇਹਨਾਂ ਦੀ ਚੁਆਈ ਕਰਨੀ ਹੈ। ਇਹ ਦੂਸਰੀ ਹੈ ਨਾਲ ਨੀਲੀ ਰਾਵੀ ਦੀ, ਪਿਓਰ ਨੀਲੀ ਰਾਵੀ ਦੀ ਮੱਝ। ਨਾਲ ਇੱਕ ਕੱਟਾ ਆ, ਇੱਕ ਕੱਟੀ ਹੈ, ਇਹ ਵੀ ਕੱਟਾ ਆ ਨਿੱਕਾ ਜਿਹਾ। ਔਰ ਆਣਾ ਡਰ ਗਏ ਡੰਗਰ। ਇਹ ਆਪਣੇ ਜਾਨਵਰ ਜਿਹੜਾ ਨਾ ਬਾਹਰ ਖੁੱਲ੍ਹੀ ਫਸਲਾਂ ਦੇ ਵਿੱਚ ਚੋਗਰੇ ਨੇ ਆਪਣਾ ਪੱਠਾ ਛੱਠਾ ਢਿੱਡ ਛਿੱਡ ਭਰ ਰਹੇ ਨੇ। ਠੀਕ ਹੈ ਜੀ, ਇਹ ਝੋਟਾ ਹੈ ਮਾਸ਼ਾਅੱਲਾ ਸੋਹਣਾ। ਹਾਂਜੀ ਦੋਸਤੋ, ਇਹ ਆਪਣੇ ਕੋਲ ਨੀਲੀ ਰਾਵੀ ਦੀ ਖੂਬਸੂਰਤ ਮੱਝਾਂ ਦੇ ਚਾਰ ਥਣ ਦੇਖੋ ਮਾਸ਼ਾਅੱਲਾ। ਹਾਂਜੀ, ਅੱਖਾਂ ਕਾਲੀਆਂ, ਸਿਰ ਚਿੱਟਾ ਔਰ ਖੂਬਸੂਰਤ ਮੱਝ ਆ ਮਾਸ਼ਾਅੱਲਾ। ਔਰ ਇਹਦੀ ਘਰ ਦੇ ਵਿੱਚ ਛੋਟਾ ਜਿਹਾ ਡੇਅਰੀ ਫਾਰਮ ਬਣਾਇਆ ਦਾ, ਉੱਥੇ ਹੀ ਇਹਨੂੰ ਬੰਨੀ ਛੰਨੀ ਦਾ ਅਤੇ ਉੱਥੇ ਹੀ ਇਹਨਾਂ ਨੂੰ ਪੱਠੇ ਛੱਠੇ ਪਾਈ ਦਾ। ਅਤੇ ਅੱਜ ਕੱਲ੍ਹ ਇਹਦੀ ਸਿਹਤ ਵੀ ਮਾਸ਼ਾਅੱਲਾ ਮੱਝ ਵੀ ਸੋਹਣੀ ਹੋ ਗਈ ਦੀ ਹੈ। ਔਰ ਅੱਗੂ ਗੱਬਣ ਹੈ, ਸੂਣ ਵਾਲੀ ਹੈ, 3 ਮਹੀਨਿਆਂ ਦੀ ਗੱਬਣ ਹੈ। ਅਮਰੂਦ ਅਤੇ ਉੱਧਰ ਹੋ ਸ਼ੋ ਵਿਊਵਰਸ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਇਹ ਦੇਖੋ। ਅਸਲਾਮ ਅਲੈਕਮ ਵਿਊਵਰਸ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਅੱਜ ਨਵੀਂ ਵੀਡੀਓ ਲੈ ਕੇ ਆਏ ਹਾਂ। ਹਾਰਵੈਸਟਰ ਲੱਗੀ ਹੋਈ ਹੈ ਅਤੇ ਕਣਕ ਦੀ ਕਟਾਈ ਦਾ ਮਹੀਨਾ, ਵਿਸਾਖ ਦਾ ਮਹੀਨਾ ਸ਼ੁਰੂ ਹੈ। ਅਤੇ ਇਹ ਆਪਣੇ ਜਾਨਵਰ ਜਿਹੜਾ ਨਾ ਬਾਹਰ ਖੁੱਲ੍ਹੀ ਫਸਲਾਂ ਦੇ ਵਿੱਚ ਚੋਗਰੇ ਨੇ ਆਪਣਾ ਪੱਠਾ ਛੱਠਾ ਢਿੱਡ ਛਿੱਡ ਭਰ ਰਹੇ ਨੇ। ਠੀਕ ਹੈ ਜੀ, ਇਹ ਝੋਟਾ ਹੈ ਮਾਸ਼ਾਅੱਲਾ ਸੋਹਣਾ। ਹਾਂਜੀ ਦੋਸਤੋ, ਇਹ ਆਪਣੇ ਕੋਲ ਨੀਲੀ ਰਾਵੀ ਦੀ ਖੂਬਸੂਰਤ ਮੱਝਾਂ ਦੇ ਚਾਰ ਥਣ ਦੇਖੋ ਮਾਸ਼ਾਅੱਲਾ। ਹਾਂਜੀ, ਅੱਖਾਂ ਕਾਲੀਆਂ, ਸਿਰ ਚਿੱਟਾ ਔਰ ਖੂਬਸੂਰਤ ਮੱਝ ਆ ਮਾਸ਼ਾਅੱਲਾ। ਔਰ ਇਹਦੀ ਘਰ ਦੇ ਵਿੱਚ ਛੋਟਾ ਜਿਹਾ ਡੇਅਰੀ ਫਾਰਮ ਬਣਾਇਆ ਦਾ, ਉੱਥੇ ਹੀ ਇਹਨੂੰ ਬੰਨੀ ਛੰਨੀ ਦਾ ਅਤੇ ਉੱਥੇ ਹੀ ਇਹਨਾਂ ਨੂੰ ਪੱਠੇ ਛੱਠੇ ਪਾਈ ਦਾ। ਅਤੇ ਅੱਜ ਕੱਲ੍ਹ ਇਹਦੀ ਸਿਹਤ ਵੀ ਮਾਸ਼ਾਅੱਲਾ ਮੱਝ ਵੀ ਸੋਹਣੀ ਹੋ ਗਈ ਦੀ ਹੈ। ਔਰ ਅੱਗੂ ਗੱਬਣ ਹੈ, ਸੂਣ ਵਾਲੀ ਹੈ, 3 ਮਹੀਨਿਆਂ ਦੀ ਗੱਬਣ ਹੈ। ਅਮਰੂਦ ਅਤੇ ਉਹ ਉੱਧਰ ਹੋ ਸ਼ੋ
ਮਿੰਨੀ ਜ਼ੂ 'ਚ ਬਹੁਤ ਸਾਰੀਆਂ ਗਾਵਾਂ ਆ ਗਈਆਂ। ਸਾਹੀਵਾਲ ਨਸਲ ਦੀਆਂ ਲਾਲ ਕਾਲੀਆਂ। ਟੈਕ ਭੈੜਾ ਕਰਦਾ ਔਰ ਆਣਾ ਡਰ ਗਏ ਡੰਗਰ।